ਮੇਰਾ ਭਤੀਜਾ ਸੀਗਾ ਜੀ, ਵੱਡੇ ਬ੍ਰਦਰ ਦਾ ਬੇਟਾ ਸੀ ਅਮਰੀਕ ਸਿੰਘ, 28/10/23 ਨੂੰ ਸ਼ਹੀਦ ਹੋਇਆ ਸੀਗਾ ਝਾਂਸੀ 'ਚ। ਅਤੇ ਉਸ ਤੋਂ ਬਾਅਦ ਆ ਅੱਜ ਭਗਵੰਤ ਮਾਨ ਸਾਹਿਬ ਵੱਲੋਂ 1 ਕਰੋੜ ਦਾ ਚੈੱਕ ਸੀ ਜਿਹੜਾ ਉਹ ਮਿਲਿਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੇਜਰੀਵਾਲ ਸਾਹਿਬ ਦਾ, ਭਗਵੰਤ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਸਾਡੇ MLA ਸਾਹਿਬ ਖੜ੍ਹੇ ਆ, ਇਹਨਾਂ ਨੇ ਸਾਰਾ ਜਿਹੜਾ ਜੋ ਵੀ ਕੀਤਾ ਇਹਨਾਂ ਨੇ ਕੀਤਾ, ਵਧੀਆ ਸਾਡਾ ਸਾਥ ਦਿੱਤਾ। ਘਰੇ 5-4 ਵਾਰੀ ਗੇੜੇ ਸਾਡੇ ਖੁਦ ਇਹਨਾਂ ਨੇ ਮਾਰੇ ਹੈਗੇ, ਆਪ ਗੇੜੇ ਮਾਰੇ ਆ ਇਹਨਾਂ ਨੇ, ਆਪਣਾ ਗੁਰਪ੍ਰੀਤ ਸਿੰਘ ਬਣਾਲੀ ਇਹਨਾਂ ਨੇ ਖੁਦ ਗੇੜੇ ਮਾਰ ਕੇ ਸਾਡਾ ਸਾਥ ਦੇ ਕੇ ਸਾਡਾ ਕੰਮ ਕਰਾਇਆ ਵਧੀਆ ਸਾਡਾ ਉਹ ਹੈ। ਅਸੀਂ ਧੰਨਵਾਦ, ਉਹਦਾ ਉਹ ਪੂਰਾ ਨਹੀਂ ਹੁੰਦਾ ਸਾ ਕੀ ਹੈ ਜੀ, ਬ੍ਰਦਰ ਦਾ ਹੱਥ ਕੱਟਿਆ ਹੋਇਆ, ਅਤੇ ਜਿਹੜੀ ਮੇਰੀ ਭਰਜਾਈ ਹੈ ਉਹ ਸ਼ੂਗਰ ਦੀ ਮਰੀਜ਼ ਹੈ ਜੀ, ਅਤੇ ਜਿਹੜੀ ਮੇਰੇ ਬੇਟੇ ਦੀ ਬਹੁਟੀ ਹੈ ਅਮਰੀਕ ਦੀ, ਉਹਨੂੰ ਕੈਂਸਰ ਹੈ ਸਿਰ ਦੇ ਵਿੱਚ। ਜਿਹੜੀ ਮਾਲੀਆ ਹਾਲਤ, ਜਿਹੜੀ ਮਾਲੀਆ ਮਦਦ ਜਿਹੜੀ ਸਰਕਾਰ ਵੱਲੋਂ ਕੀਤੀ ਗਈ ਹੈ, ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੀ ਮਦਦ ਕਰੂਗੀ, ਕਿੰਨਾ ਕੁ ਜਿਹੜਾ ਪਰਿਵਾਰ ਨੂੰ ਇਸ ਚੀਜ਼ ਦਾ ਜਿਹੜਾ ਹੈ? ਬਿਲਕੁਲ ਜੀ, ਪਰਿਵਾਰ ਨੂੰ ਇਸ ਚੀਜ਼ ਦਾ ਬਹੁਤ ਬਹੁਤ ਵਧੀਆ ਉਹ ਮਿਲੂਗਾ, ਰਿਸਪੋਂਸ ਮਿਲੂ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਪਰਿਵਾਰ ਨੂੰ ਲੋੜ ਸੀ, ਲੋੜ ਕਰਕੇ ਇਹਨਾਂ ਨੇ ਦੇਖਿਆ, ਘਰ ਜਾ ਕੇ ਦੇਖਿਆ, ਲੋੜ ਦੇਖੀ, ਲੋੜ ਕਰਕੇ ਮੈਂ ਕਹਿੰਦਾ ਵੀ ਹੋਇਆ ਤਾਂ ਲੋੜ ਨੂੰ ਵਧੀਆ ਹੋ ਗਿਆ, ਜੋ ਹੁਣ ਅਸੀਂ ਲੋੜ ਕਰਕੇ ਹੋ ਗਿਆ, ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ। ਹਾਂਜੀ ਭਾਜੀ, ਜੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੀ ਮਾਲੀ ਮਦਦ ਕੀਤੀ ਆ, 1 ਕਰੋੜ ਰੁਪਏ ਦਾ ਚੈੱਕ ਜਿਹੜਾ ਹੈ ਉਹ ਤੁਹਾਡੇ ਦਿੱਤਾ ਹੈ, ਤੁਹਾਡਾ ਬੇਟਾ ਅਮਰੀਕ ਸਿੰਘ ਜਿਹੜਾ ਸੀਗਾ ਉਹ ਸ਼ਹੀਦ ਹੋ ਗਿਆ। ਹਾਂਜੀ, ਕਿੱਦਾਂ ਦੇਖਦੇ ਹੋ ਇਸ ਮਦਦ ਨੂੰ, ਕਿੱਦਾਂ ਦੇਖਦੇ ਹੋ? ਪੂਰਾ ਵਧੀਆ ਦੇਖਦੇ ਹਾਂ, ਮਦਦ ਪੂਰੀ ਕਰੀ ਆ ਸਾਡੀ। ਕੀ ਜਦੋਂ ਸਟੇਜ ਤੇ ਖੜੇ ਸੀ ਕੀ ਗੱਲਬਾਤ ਹੋਈ ਦਿੱਲੀ ਦੇ ਮੁੱਖ ਮੰਤਰੀ ਨਾਲ, ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀ ਗੱਲਬਾਤ ਹੋਈ? ਨਹੀਂ, ਭਗਵੰਤ ਮਾਨ ਨੇ ਵਧੀਆ ਸਾਡਾ ਸਤਿਕਾਰ ਕਰਿਆ, ਸਾਨੂੰ ਚੈੱਕ ਦਿੱਤੇ ਆ, ਅੱਖਾਂ ਵੀ ਭਰਿਆ ਸੀਗੇ ਹੈ ਵੀ ਬੇਟਾ ਤਾਂ ਦੇ ਨਹੀਂ ਸਕਦੇ ਵੀ ਹੁਣ ਮੱਲ ਮਿਲਾ ਸਕਦੇ ਹਾਂ ਵੀ ਬੇਟਾ ਤਾਂ ਹੁਣ ਆਉਂਦਾ ਹੀ ਨਹੀਂ ਵੀ ਵਧੀਆ ਸਾਨੂੰ ਮਦਦ ਕਰਕੇ ਹੁਣ ਅਸੀਂ ਪਾਲ ਲਾਂਗੇ ਜਵਾਕਾਂ ਨੂੰ। ਪਹਿਲਾਂ ਸਾਨੂੰ ਐਂ ਸੀ ਜਵਾਕਾਂ ਦਾ ਨਹੀਂ ਕੁਝ ਆਉਣਾ, ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ ਵੀ ਜਦੋਂ 2-2.5 ਮਹੀਨੇ ਹੋ ਗਏ ਕੋਈ ਆਇਆ ਹੀ ਨਹੀਂ ਸੀ ਕੋਈ, ਹੁਣ ਸਾਡਾ ਹੌਸਲਾ ਵੱਧ ਗਿਆ, ਹੁਣ ਸਾਨੂੰ ਕਹਿੰਦੇ ਵੀ ਉਹਦਾ ਪਿੰਡ 'ਚ ਮ੍ਰਿਤ ਵੀ ਮਨਾਵਾਂਗੇ ਅਤੇ ਉਹਦੀ ਯਾਦਗਾਰ ਸਟੇਡੀਅਮ ਬਣਾਵਾਂਗੇ ਖਿਡਾਰੀ ਸੀਗਾ। ਕਦੋਂ ਸ਼ਹੀਦ ਹੋਇਆ ਸੀਗਾ ਜਦੋਂ ਤੁਹਾਡਾ ਮੁੰਡਾ, ਕਿਸ ਦਿਨ ਸ਼ਹੀਦ ਹੋਇਆ ਸੀ, ਕਿਹੜੀ ਤਰੀਕ ਨੂੰ ਸ਼ਹੀਦ ਹੋਇਆ ਸੀ? ਮੇਰਾ ਇੰਨਾ ਤਾਂ ਮੇਰੇ ਯਾਦ ਨਹੀਂ ਵੀ 2 ਮਹੀਨਿਆਂ ਦਾ ਗੇੜ ਹੋ ਗਿਆ। ਬਾਬਾ ਜੀ, ਮਾਨ ਸਾਹਿਬ ਤੁਹਾਡੇ ਘਰ ਵੀ ਆਏ ਸੀ ਉੱਥੇ, ਕੀ ਕੁਛ ਕਿਹਾ ਉੱਥੇ ਆ ਕੇ? ਮਾਨ ਸਾਹਿਬ ਘਰ ਨਹੀਂ ਹੈ ਸਾਡੇ, ਉਹ ਆਪ ਫਤਿਹ ਗਏ ਜੀ, ਊਂ ਇਹ ਬਣਾ ਵਾਲਾ ਗੁਰਪ੍ਰੀਤ ਜਾਂਦਾ ਰਿਹਾ ਸਾਡੇ ਕੋਲ, ਉਹ ਕਹਿੰਦਾ ਵੀ ਆਹੀ ਤੁਹਾਨੂੰ ਮਦਦ ਦੇਵਾਂਗੇ ਭਾਈ, ਉਹ ਮਦਦ ਸਾਨੂੰ ਦੇ। ਅਮਰੀਕ ਸਿੰਘ ਦੇ ਅੱਗੇ ਪਰਿਵਾਰ 'ਚ ਕੌਣ ਕੌਣ ਹੈਗਾ? ਉਹ ਵਿਆਹੇ ਸੀ ਕਿ? ਵਿਆਹੇ ਸੀਗੇ, ਇੱਕ ਉਹਦੀ ਵਾਈਫ ਹੈ, 2 ਬੱਚੇ ਨੇ। ਬੱਚੇ ਦੀ ਕਿੰਨੀ ਉਮਰ ਹੈ? ਇੱਕ ਦੀ 4 ਸਾਲ ਆ, ਇੱਕ ਦੀ 7 ਸਾਲ, ਛੋਟੇ ਹੀ ਨੇ। ਕਮਾਈ ਦਾ ਸਾਧਨ ਬਣ ਗਿਆ, ਅਸੀਂ ਪਾਲ ਲਾਂਗੇ ਬੱਚਿਆਂ ਨੂੰ, ਹੈਂ ਆਪੇ ਚੱਲ ਮੁੜ ਕੇ ਕਿੱਥੇ ਲੱਗ ਜਾਣਗੇ, ਪੂਰਾ ਪਾਲਾਂਗੇ ਬੱਚਿਆਂ ਨੂੰ, ਜੇ ਅਮਰੀਕ ਸਿੰਘ ਪਾਲਿਆ ਸੀ ਉਵੇਂ ਹੀ ਉਹਨਾਂ ਨੂੰ ਪਾਲਾਂਗੇ। ਹਾਂ।